साल 2023 ਦੇ ਵਿੱਚ ਕੈਨੇਡਾ ਵਿਜ਼ਟਰ ਵੀਜ਼ਾ ਦਾ ਰਿਜ਼ਲਟ ਬਹੁਤ ਵਧੀਆ ਬਹੁਤ ਚੰਗੇ ਡਿਸੀਜਨ ਵੀ ਆ ਰਹੇ ਆ ਤੇ ਬੜੇ ਘੱਟ ਪ੍ਰੋਸੈਸਿੰਗ ਟਾਈਮ ਦੇ ਵਿੱਚ ਡਿਸੀਜਨ ਆ ਰਹੇ ਆ ਸੋ ਅੱਜ ਦਾ ਜਿਹੜਾ ਡਿਸੀਜਨ ਦੀ ਗੱਲ ਕਰੀਏ ਉਹ ਬਲਕਰਨ ਸਿੰਘ ਬਰਾੜ ਐਂਡ ਗੁਰਮੀਤ ਕੌਰ ਬਰਾੜ ਦੀ ਐਪਲੀਕੇਸ਼ਨ ਅਪਰੂਵ ਹੋਈ ਹੈ ਤੇ ਟੋਟਲ 18 ਦਿਨ ਦੇ ਵਿੱਚ ਵੀਜ਼ਾ ਆਇਆ ਜੋ ਕਿ ਦਸ਼ਮੇਸ਼ ਨਗਰ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਆ ਹੁਣ ਇਹਨਾਂ ਦਾ ਜਿਹੜਾ ਬੇਟਾ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਐਂਡ ਉਸਦੀ ਕਨਵੋਕੇਸ਼ਨ ਦੇ ਉੱਪਰ ਇਹਨਾਂ ਨੇ ਅਪਲਾਈ ਕੀਤਾ ਆਪਣਾ ਬਿਜ਼ਨਸ ਹੈ 10 ਲੱਖ ਦੇ ਕਰੀਬ ਫੰਡਸ ਹੈ 18 ਅਗਸਤ ਨੂੰ ਐਪਲੀਕੇਸ਼ਨ ਸਬਮਿਟ ਹੋਈ ਤੇ 6 ਸਪਤੰਬਰ ਨੂੰ ਓਰੀਜਨਲ ਪਾਸਪੋਰਟ ਰਿਕੁਐਸਟ ਯਾਨੀ ਟੋਟਲ 18 ਦਿਨਾਂ ਦੇ ਵਿੱਚ ਕੈਨੇਡਾ ਵੀਜ਼ਾ ਅਪਰੂਵ ਹੋਇਆ ਇੱਕ ਗੱਲ ਜਿਹੜੀ ਕੈਨੇਡਾ ਵਿਜ਼ਟਰ ਵੀਜ਼ਾ ਦਾ ਸਕਸੈਸ ਰੇਟ ਬਹੁਤ ਜਿਹਦੇ ਉੱਪਰ ਮੈਟਰ ਕਰਦਾ ਉਹ ਹੈ ਤੁਹਾਡਾ ਪਰਪਜ਼ ਆਫ ਵਿਜ਼ਿਟ ਜਿੰਨਾ ਹੋ ਸਕਦਾ ਜਿਹੜਾ ਆਪਣਾ ਪਰਪਜ਼ ਆਫ ਵਿਜ਼ਿਟ ਕਲੀਅਰ ਰੱਖੋ ਚੰਗਾ ਰੱਖੋ ਤੇ ਐਟ ਲੀਸਟ 2 ਤੋਂ 3 ਮਹੀਨੇ ਦਾ ਸਮਾਂ ਲੈ ਕੇ ਚੱਲੋ ਵੀ ਕੋਈ ਵੀ ਅਗਰ ਤੁਸੀਂ ਬਰਥਡੇ ਦੇ ਉੱਪਰ ਵੀ ਅਪਲਾਈ ਕਰਨਾ ਕਨਵੋਕੇਸ਼ਨ ਦੇ ਉੱਪਰ ਵੀ ਅਪਲਾਈ ਕਰਨਾ ਤਾਂ ਐਟ ਲੀਸਟ 3 ਮਹੀਨੇ ਤੱਕ ਦਾ ਸਮਾਂ ਉਸਦੇ ਲਈ ਹੋਵੇ ਤੁਹਾਡੇ ਕੋਲ 3 ਮਹੀਨੇ ਪਹਿਲਾਂ ਐਪਲੀਕੇਸ਼ਨ ਸਬਮਿਟ ਕਰੋ ਸੋ ਪਰਪਜ਼ ਆਫ ਵਿਜ਼ਿਟ ਜਿਹੜਾ ਤੁਹਾਡਾ ਇਨਵੀਟੇਸ਼ਨ ਹੈ ਉਸਦੇ ਵਿੱਚ ਚੰਗੇ ਤਰੀਕੇ ਦੇ ਨਾਲ ਮੈਂਸ਼ਨ ਹੋਣਾ ਚਾਹੀਦਾ ਕਲੀਅਰ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਇਨਵੀਟੇਸ਼ਨ ਲੈਟਰ ਦੇਣ ਵੇਲੇ ਬੱਚੇ ਕੀ ਕਰਦੇ ਆ ਫਾਰਮੈਟ ਲੈ ਲੈਂਦੇ ਤਾਂ ਉਸਦੇ ਵਿੱਚ ਨਾਮ ਚੇਂਜ ਕਰ ਦਿੰਦੇ ਨਹੀਂ ਇਦਾਂ ਦੀ ਗਲਤੀ ਨਾ ਕਰੋ ਹਰ ਇੱਕ ਬੰਦੇ ਦੇ ਹਾਲਾਤ ਅਲੱਗ ਨੇ ਅਲੱਗ ਤਰੀਕੇ ਦਾ ਇਨਵੀਟੇਸ਼ਨ ਲੈਟਰ ਹੋਣਾ ਚਾਹੀਦਾ ਤੁਹਾਡੇ ਇਨਵੀਟੇਸ਼ਨ ਲੈਟਰ ਦੀ ਵਰਡਿੰਗ ਬਹੁਤ ਮੈਟਰ ਕਰਦੀ ਹੈ ਸੋ ਜਿੰਨਾ ਚੰਗਾ ਤੁਹਾਡਾ ਪਰਪਜ਼ ਆਫ ਵਿਜ਼ਿਟ ਹੋਏਗਾ ਜਿੰਨੇ ਸਟਰੋਂਗ ਰੀਜ਼ਨ ਦੇ ਉੱਪਰ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਸਿਬਲਿੰਗ ਨੂੰ ਜਿਹੜਾ ਇਨਵਾਈਟ ਕਰੋਗੇ ਉਹਨਾਂ ਦਾ ਚਾਂਸਸ ਆਫ ਵੀਜ਼ਾ ਉਨੇ ਹੀ ਜ਼ਿਆਦਾ ਚੰਗੇ ਰਹਿੰਦੇ ਆ ਸੋ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਵਿਜ਼ਟਰ ਵੀਜ਼ੇ ਦੇ ਸਕਸੈਸ ਰੇਟ ਦੇ ਵਿੱਚ ਬਟ ਕਿਤੇ ਨਾ ਕਿਤੇ ਪਰਪਜ਼ ਆਫ ਵਿਜ਼ਿਟ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਪਿੱਛੇ ਕੁਝ ਦਿਨਾਂ ਦੇ ਵੀਜ਼ਾ ਦੇ ਵਿੱਚ ਅਸੀਂ ਬਹੁਤ ਇਹ ਚੀਜ਼ ਨੋਟ ਕੀਤੀ ਹੈ ਇੱਕ ਬੱਚੇ ਦਾ ਵੀਜ਼ਾ ਜਿਹਦੀ 17 ਸਾਲ ਦੀ ਉਮਰ 'ਚ ਉਹਨੂੰ ਕੈਨੇਡਾ ਵਿਜ਼ਟਰ ਵੀਜ਼ਾ ਮਿਲਿਆ ਉਸਦੀ ਸਿਸਟਰ ਨੇ ਰੱਖੜੀ ਦੇ ਉੱਪਰ ਉਸਨੂੰ ਜਿਹੜਾ ਇਨਵਾਈਟ ਕੀਤਾ ਸੀ ਤੇ ਬੜੀ ਸੋਹਣੀ ਵਰਡਿੰਗ ਉਹਨਾਂ ਦੀ ਇਨਵੀਟੇਸ਼ਨ ਲੈਟਰ ਦੇ ਵਿੱਚ ਸੀ ਵੀ ਕਿਉਂ ਉਹ ਖੁਦ ਨਹੀਂ ਆ ਸਕਦੇ ਕਿਉਂ ਉਹਨਾਂ ਦੇ ਬ੍ਰਦਰ ਨੂੰ ਆਉਣਾ ਚਾਹੀਦਾ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਦੇ ਵੀ ਐਪਲੀਕੇਸ਼ਨ ਦੇ ਡਾਕੂਮੈਂਟ ਪ੍ਰਪੇਅਰ ਕਰਨ ਦੀ ਕਾਹਲੀ ਨਾ ਕਰਿਆ ਕਰੋ ਜਲਦਬਾਜ਼ੀ ਨਾ ਕਰਿਆ ਕਰੋ ਜਲਦਬਾਜ਼ੀ ਦੇ ਵਿੱਚ ਕਈ ਵਾਰ ਉਹਨੇ ਚੰਗੇ ਤਰੀਕੇ ਦੇ ਨਾਲ ਤੁਸੀਂ ਡਾਕੂਮੈਂਟ ਰੈਡੀ ਨਹੀਂ ਕਰ ਪਾਉਂਦੇ